ਕਮ데요 ਹੋਏ ਜ਼ਿਗਮਾ ਬ੍ਰਾਂਡ ਦੇ ਕੋਲ ਪਹੁੰਚ ਚੁੱਕੇ ਹੋયા ਜਿੱਥੇ ਬਹੁਤ ਜ਼ਿਆਦਾ ਵੈਰਾਈਟੀ ਜਿਹੜੀ ਹੈ ਉਹ ਕੁਰਤੇ ਇਸ ਦੀ ਤੁਹਾਨੂੰ ਦਿਖਾਈ ਦੇਗੀ ਜਿਨ੍ਹਾਂ ਕੋਲ ਸਟ੍ਰਗਸ ਵੀ ਨੇ ਸਟ੍ਰਾਲਸ ਵੀ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਕੋਲੇ ਆਓ ਵੈਰਾਈਟੀ ਨੂੰ ਇੱਕ ਵਾਰ ਦੇਖਦੇ ਹਾਂ ਕਿ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਕਾਰਡੀਗਨਸ ਦੇ ਵਿੱਚ ਹੀ ਨਵੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਆਈਆਂ ਸਰ ਕਿਹੜੀ-ਕਿਹੜੀ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਅੱਜ ਆਈਆਂ ਨੇ ਕਾਰਡੀਗਨ ਵਗੈਰਾ ਦੇ ਵਿੱਚ ਕਾਫੀ ਨਵੇਂ ਡਿਜ਼ਾਈਨ ਆ ਕਸ਼ਮੀਰ ਤੋਂ ਤੁਸੀਂ ਆਪਣੇ ਵੀਊ ਲੋ ਉਹਨਾਂ ਨੂੰ ਅਟੈਂਡ ਕਰ ਰਹੇ ਹੋ ਸਪਲੀਜ਼ So, देख सकते हो जी गांूपी से आया, आया लुधियाना तो की फेर है तो उसमें तो मजा आना ही है सारे वन एक साथ है नए डिजाइनिंग देखने को मिलते हैं जो पुराने घर होते हैं उनसे मिलने को मिलता है नए पुराने हो जाते हैं बाबू जी से मिल करके जो अपनी रिटेलर के पास जो मेन एंड कंज्यूमर होता है तो एंड कंज्यूमर की क्या दिक्कत है उनके क्या पीस में क्या शिकायत आ रही है क्या दिक्कत है क्या चीज़ और अच्छा तरीके से हो सकती है जी। उस वो भी रिस्पॉन्स हम लोग वापस जो है कि भाई जी आपके माल में ये चीज़ दिक्कत है या जो भी डिस्टर्बेंस रहा है या ये शिकायत आई वो शिकायत भी बताते हैं जिससे कि वो आपने प्रोडक्ट को और बढ़िया करें जी, कितना कितना समय हो गया आपको सिग्मा के साथ जुड़े हुए मैं तो इनका कम से कम पाँच छः साल से माल बेच रहा हूँ कभी हर बार कुछ ना कुछ जो है नया बनाते रहते हैं पर अच्छा बिकता है रिस्पॉन्स अच्छा है कस्टमर का कोई कमी होती है तो इनको बताते भी हैं कि ये चीज़ अच्छी नहीं मिल रही है इसमें ये शिकायत आ रही है ये आपने डिजाइनिंग अच्छी नहीं करी तो फिर उसको वो लोग ठीक करते हैं सो जिस so, तरीके ना ने कहा सैंपल्स जो भी देख सकते हो कि डिजाइन जो है वो बहुत अलग देखने को मिल रहे हैं कुछ ना कुछ नवा जो एम्ब्रॉयडरी वर्क है वो भी आ रहा एक होर कंज्यूमर इतने जुड़े ने उन्होंने भी गलबात करते हैं ਜੀ ਸਰ ਤੁਸੀਂ ਕਿੱਥੋਂ ਮੈਂ ਜੀ ਬੇਸਿਕਲ ਲੁਧਿਆਨੇ ਤੋਂ ਹੀ ਆ ਪਰ ਮੈਂ ਸਾਰਾ ਕੰਮ ਕਸ਼ਮੀਰ ਚ ਕਰਦਾ ਹੈਗਾ ਮੈਂ ਸ਼ਰੀ ਨਗਰ ਸੋਪਰ ਬਾਰਾ ਮੁਲਾ ਅਨੰਤ ਨਾਗ ਪਲਵਾਮਾ ਮੇਰਾ ਸਾਰਾ ਕੰਮ ਉੱਥੇ ਹੈਗਾ ਜੀ ਸਰ ਕਿਦਾਂ ਦਾ ਇਥੋਂ ਦੀ ਤੁਸੀਂ ਜਿਹੜਾ ਮਾਲ ਲੈ ਕੇ ਜਾਂਦੇ ਹੋ ਉਹ ਕਿਸ ਤਰੀਕੇ ਦੇ ਨਾਲ ਅੱਗੇ ਕੰਜ਼ਿਊਮਰ ਜਿਹੜਾ ਕਿ ਨਕ ਸੈਟੀਸਫਾਈਡ ਹੁੰਦਾ ਦੇਖੋ ਜੀ ਇਹਨਾਂ ਦਾ ਮਾਲ ਮੈਂ ਹੁਣ ਵੀ ਆ ਸਾਨੂੰ ਇਹਨਾਂ ਦਾ ਮਾਲ ਦੇਖਣ ਦੀ ਲੋੜ ਨਹੀਂ ਪੈਂਦੀ ਹੈਗੀ ਇਹਨਾਂ ਦਾ ਨਾਮ ਹੀ ਸਾਡੇ ਲਈ ਉੱਥੇ ਕਸ਼ਮੀਰ ਚ ਕਾਫੀ ਹੈਗਾ ਜਿਗਮਾ ਲਿਆਂਦਾ ਅਗਲਾ ਜਿਗਮਾ ਦੇ ਨਾਮ ਤੋਂ ਹੀ ਲਿਖਾ ਦਿੰਦਾ ਹੈਗਾ ਵੀ ਕਾਰਡੀਗਨਸ ਜਾਂ ਕੁੜਤੀ ਵਗੈਰਾ ਜਿਹੜੀ ਮਰਜ਼ੀ ਪੇਟੀਆਂ ਲਗਾ ਦਿਓ ਹੈਗਾ ਸੰਤ ਪੀਸ ਦੇਖਣ ਦੀ ਵੀ ਲੋੜ ਨਹੀਂ ਨਾ ਮੈਂ ਦੇਖ ਰਿਆਂ ਨਾ ਸਾਨੂੰ ਦੇਖਣ ਦੀ ਲੋੜ ਇਹਨਾਂ ਦਾ ਨਾਮ ਤੇ ਸਾਡਾ ਮਾਲ ਵਿਕਦਾ ਹੈਗਾ ਵਾ ਸੋ ਬਿਲਕੁਲ ਹੋਰ ਵੈਰਾਈਟੀ ਸਰ ਤੋਂ ਪੁੱਛ ਲੈਣੇ ਆ ਸਰ ਕਿਹੜੀ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਨਵੀਆਂ ਆਈਆਂ ਕਾਰਡੀਗਨਸ ਤੁਸੀਂ ਕਹੇ ਕਿ ਕਾਰਡੀਗਨਸ ਦੇ ਵਿੱਚ ਨਵੀਂ ਚੀਜ਼ ਆਈ ਹੈ ਕਿਹੜਾ ਫੈਬਰਿਕ ਜਿਹੜਾ ਉਹ ਐਕੀ ਲਾਂਚ ਨਵਾਂ ਕੀਤਾ ਹੈ ਨਹੀਂ ਫੈਬ੍ਰਿਕ ਫੇਅਰ ਤਾਂ ਕੰਟੀਨਿਊ ਹੈ ਹੀ ਅੱਗੇ ਪੀਵੀਟੀ ਯਾਰ ਦੀਆਂ ਨਈ ਫੈਬ੍ਰਿਕ ਆਏ ਆ ਕਾਫੀ ਪਸੰਦ ਕਰ ਰਹੀ ਐ ਕਸਪਰ ਹੋਰ ਆ ਨਏ ਕਿਜਾਰੇ ਵਿੱਚ ਨਏ ਕਪੜੇ ਆਏ ਆ ਇੰਪੋਰਟਡ ਜੀ ਹਾਂਜੀ ਬਿਲਕੁਲ ਸੋ ਮੇਰੇ ਪਿੱਛੇ ਇੱਕ ਬਹੁਤ ਸੋਹਣਾ ਕੁਆਰਟ ਸੈੱਟ ਵੀ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਚਾਹੇ ਉਹ ਫਾਰਮਲ ਤਰੀਕੇ ਨਾਲ ਪਾ ਸਕੋ ਤੁਸੀਂ ਜਾਂ ਕਿਸੇ ਦੇ ਘਰ ਜਾਣ ਲਈ ਇਹ ਬਿਲਕੁਲ ਵਧੀਆ ਰਹਿੰਦਾ ਸਰ ਬਹੁਤ ਫੀਮੇਲਸ ਕਿਉਂਕਿ ਮੈਂ ਕਹਿੰਦੀ ਆ ਬਹੁਤ ਰੋਲਸ ਨਿਭਾਉਂਦੀਆਂ ਡੇਲੀ ਲਾਈਫ ਦੇ ਵਿੱਚ ਕੋਈ ਮਦਰ ਹੁੰਦੀ ਹੈ ਕੋਈ ਡਾਟਰ ਇਨ-ਲਾ ਹੁੰਦੀ ਹੈ ਕੋਈ ਬਿਜ਼ਨਸ ਵੂਮਨ ਹੁੰਦੀ ਹੈ ਸੋ ਉਹਨਾਂ ਸਾਰਿਆਂ ਦੀ ਚੋਇਸ ਨੂੰ ਮੈਚ ਕਰਨ ਦੇ ਵਾਸਤੇ ਸਾਰਾ ਕੁਝ ਇੱਥੇ ਆ ਹਾਂਜੀ ਪਾਰਟੀ ਵੇਅਰ ਵੀ ਹੈ ਕੈਜ਼ੂਅਲ ਵੇਅਰ ਹੈ ਪਾਰਟੀ ਵੇਅਰ ਵੀ ਹੈ ਆਪਣੇ ਕੋਲ ਆਪਾਂ ਪਾਰਟੀ ਵੇਅਰ ਜੀ ਇਹ ਪਾਰਟੀ ਵੇਅਰ ਵੀ ਤੁਸੀਂ ਦੇਖ ਸਕਦੇ ਹੋ ਕਿ ਪਾਰਟੀ ਵੇਅਰ ਦੀ 컬렉ਸ਼ਨ ਜਿਹੜੀ ਹੈ ਉਹ ਵੀ ਇੰਨਾ ਕੋਲ ਹੈ ਸੋ ਜੇਕਰ ਕਿਸੇ ਵੀ ਤੁਹਾਡੇ ਕੋਲ ਕੋਈ ਵੀ ਇਵੈਂਟ ਹੈਗਾ ਵਾ ਜਿੱਥੇ ਤੁਸੀਂ ਜਾਣਾ ਹੈ ਚਾਹੇ ਕਿਸੇ ਦੇ ਘਰ ਜਾਣਾ ਹੋਵੇ ਚਾਹੇ ਫਾਰਮਲਸ ਤੁਸੀਂ ਪਾ ਕੇ ਜਾਨੀਆਂ ਹੋਣ ਕਿਤੇ ਨਾ ਕਿਤੇ ਸੋ ਹਰ ਇੱਕ ਚੀਜ਼ ਹੈ ਸਰ ਪਹਿਲੇ ਜਿਹੜਾ ਸੀਗਾ ਉਹ ਕੁੜਤੇ ਅਲੱਗ ਲੈਣੇ ਪੈਂਦੇ ਸੀਗੇ ਜੈਗਿੰਗਸ ਜਿਹੜੀਆਂ ਉਹ ਅਲੱਗ ਮੈਚ ਕਰਨੀਆਂ ਪੈਂਦੀਆਂ ਸੀ ਸਟੌਲਸ ਅਲੱਗ ਲੈਣੀਆਂ ਪੈਂਦੀਆਂ ਸੀ ਨਹੀਂ ਹੁਣ ਕੰਪਲੀਟ ਸੈੱਟ ਹੀ ਸਾਰੇ ਸਾਰਾ ਟ੍ਰੈਂਡ ਦੇ ਵਿੱਚ ਹੈ ਪੂਰਾ ਸੀ ਕਸਟਮਰ ਨੂੰ ਪੂਰਾ ਲੋਅਰ ਔਰ ਦੁਪੱਟਾ ਚਾਲ ਕੰਪਲੀਟ ਸੈਟ ਦਿੰਨੇ ਆ ਕੰਪਲੀਟ ਸੈਟੀਸਫਾਈ ਹੈ ਔਰ ਰਿਟੇਲਰ ਨੂੰ ਜਾ ਕੇ इजी ਰਹਿੰਦਾ ਹੈ ਸੇਲ ਕਰਨਾ ਬਿਲਕੁਕੁਲ ਸਰ ਸੋ ਇਸ ਦੇ ਵਿੱਚ ਕਲਰ ਸਕੀਮਸ ਵੀ ਐਡ ਕੀਆਂ ਥੋੜੀਆਂ ਚੇਂਜ ਹੋਈਆਂ ਸਰ ਹੋ ਹਰ ਹਰ ਈਅਰ ਦਾ ਇੱਕ ਨਵਾਂ ਸ਼ੇਡ ਹੁੰਦਾ ਹੈ ਜੀ ਵੈਲਕਮ ਸਰ ਸਾਡੇ ਕਸਟਮਰ ਆਏ ਦਿੱਲੀ ਤੋਂ ਜੀ ਸੋ ਡਿਜ਼ਾਈਨਸ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੇ ਸਰ ਤੁਸੀਂ ਕਿੱਥੋਂ ਆਏ ਹੋ ਅਸੀਂ ਦਿੱਲੀੋਂ ਆਏ ਜੀ ਦਿੱਲੀੋਂ ਆਏ ਹੋ। ਹਾਂਜੀ ਹਾਂਜੀ। ਸਰ ਕਿਦਾਂ ਦੀ ਕਲੈਕਸ਼ਨ ਲੱਗੀ? ਐਂਡ ਓਵਰਆਲ ਕਿਦਾਂ ਦਾ ਲੱਗ ਰਿਹਾ ਕਿ 150 ਬ੍ਰਾਂਡ ਜਿਹੜੇ ਉੱਠੇ ਇੱਕੋ ਛੱਤ ਥੱਲੇ ਦੇਖਣ ਨੂੰ ਮਿਲ ਗਏ। ਬਹੁਤ ਵਧੀਆ ਲੱਗ ਰਿਹਾ ਜੀ। ਔਰ ਅਸੀਂ ਇੰਜੋਏ ਕਰ ਰਹੇ ਹਾਂ ਸਾਡੀ ਅੱਖਾਂ ਵੀ ਉਹ ਪਿਛਲੇ 2-3 ਮਹੀਨੇ ਨਿਕਲੇ ਨੇ ਜਿਹੜੇ ਮੰਡੀ ਤੋਂ ਅਸੀਂ ਅੱਗੇ ਹੋਦ ਰਹੇ ਵਧੀਆ ਕੰਮ ਜਾਏਗਾ। ਉਹ ਲੋਕਾਂ ਨੇ ਮਿਹਨਤ ਕੀਤੀ ਹੈ ਖਾਸ ਕਰਕੇ ਜਿਗਮਾ ਵਾਲੋ ਨੇ। ਦਲੇ ਜੀ ਬਹੁਤ ਵਧੀਆ ਮਾਲ ਬਣਾਉਂਦੇ ਨੇ। ਜੀ। ਹਾਂਜੀ ਹਾਂਜੀ। ਜੀ। ਸੋ ਦਿੱਲੀੋਂ ਦੀ ਤੁਸੀਂ ਹਰ ਸਾਲ ਆਉਂਦੇ ਹੋ? ਹਾਂਜੀ। ਹਰ ਸਾਲ ਆਨੇ ਜੀ ਅਸੀਂ। ਅਨੰਦ ਗਾਰਮ ਤੁਸੀਂ ਹਰ ਸਾਲ ਇੱਥੇ ਕਲੈਕਸ਼ਨ ਦੇਖ ਕੇ ਤੇ ਸਮਾਨ ਲੈ ਕੇ ਜਾਂਦੇ ਹੋ ਹਾਂਜੀ ਕਿੰਨਾ ਕੁ ਕਨਵੀਨੀਅੰਟ ਲੱਗਦਾ ਕਿ ਫੈਕਟਰੀ ਤੋਂ ਫੈਕਟਰੀ ਜਾਣ ਨਾਲੋਂ ਇਹ ਚਾਰ ਦਿਨ ਦੀ ਐਗਜ਼ੀਬਿਸ਼ਨ ਦੇ ਵਿੱਚ ਸਾਰਾ ਕੁਝ ਕਵਰ ਆ ਜਾਂਦਾ ਸਾਨੂੰ ਸਭ ਕੁਝ ਦੇਖੀ ਜਾਂਦਾ ਕੀ ਚਾਹੀਦਾ ਸਭ ਹਾਂ ਸਭ ਕੁਝ ਪਤਾ ਚੱਲ ਜਾਂਦਾ ਇੱਥੇ ਆ ਕੇ ਜੀ ਸੋ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਪਿੱਛੇ ਵੀ ਇੱਕ ਵਾਰ ਤਸਵੀਰਾਂ 'ਚ ਦਿਖਾਵਾਂਗੇ ਜੋ ਸਿੰਪਲ ਸੈਟਸ ਨੇ ਉਹ ਵੀ ਇੱਥੇ ਮੌਜੂਦ ਹੈ ਹਾਲਾਂਕਿ ਜੇ ਕਿਸੇ ਨੇ ਸਟਾਲ ਦੇ ਨਾਲ ਰਹਿਣਾ ਉਹ ਵੀ ਹੈ ਤੇ ਫਾਰਮਲਸ ਵੀ ਹਰ ਇੱਕ ਚੀਜ਼ ਜਿਹੜੀ ਹੈ ਉਹ ਏਸੀ ਤਰੀਕੇ ਦੇ ਨਾਲ ਕਵਰ ਕੀਤੀ ਹੋਈ ਹੈ ਸੋ ਵੇਖ ਰਹੇ ਤੁਸੀਂ ਵੱਖ-ਵੱਖ ਡਿਜ਼ਾਈਨਸ ਜਿਹੜੇ ਨੇ ਸਰ ਸਪੈਸ਼ਲੀ ਤੁਸੀਂ ਜ਼ਿਗਮਾ ਵਾਲਿਆਂ ਦੇ ਕੋਲ ਹੀ ਆਂਦੇ ਹੋ ਨਹੀਂ ਸਭ ਕੋਲ ਆਈਦਾ ਜੀ ਬਾਕੀ ਸਾਡੇ ਜ਼ਿਗਮਾ ਦਾ ਮਾਲ ਵਧੀਆ ਹੁੰਦਾ ਵਿਕਦਾ ਹੈ ਤੁਹਾਡੇ ਕਾਊਂਟਰ ਤੇ ਇਸ ਕਰਕੇ ਪਹਿਲੇ preference ਦੇਦੇ ਕਿ ਇਹ ਮਾਲ ਆ ਕੇ ਪਹਿਲੇ ਦਿੱਖੀ ਜਾਏ ਜੀ ਕਸਟਮਰ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਮੈਨੂਫੈਕਚਰਰ ਹੋਲ سیلਰ ਕੋਲ ਉਸ ਤੋਂ ਬਾਅਦ ਰਿਟੇਲ ਕਰਕੇ ਤੇ ਕੰਜ਼ਿਊਮਰ ਤੱਕ ਜਾਂਦਾ ਵੈ ਸੋ ਕੰਜ਼ਿਊਮਰ ਸੈਟੀਸਫੈਕਸ਼ਨ ਕਿੰਨੀ ਜ਼ਰੂਰੀ ਹੈਗੀ ਹੈ ਤੇ ਕੀ ਧਿਆਨ ਰੱਖਦੇ ਹੋ ਤੁਸੀਂ ਹੈਗੀ ਹੈ ਕਿ ਕੰਜ਼ਿਊਮਰ ਅਸੀਂ ਉਹ ਬ੍ਰਾਂਡ ਲੈਣੇ ਤਾਂ ਕਿ ਸਾਨੂੰ ਕੋਈ ਸ਼ਿਕਾਇਤ ਨਾ ਆਏ ਜਿਹੜਾ ਸਾਡੇ ਗਾਹਕ ਹੈਗੇ ਰੀਟੇਲਰ ਹੈ ਉਹਦੇ ਕੋਲ ਵਾਪਸੀ ਨਾ ਆਏ ਕੋਈ ਚੀਜ਼ ਇਸ ਕਰਕੇ ਅਸੀਂ ਉਹ ਅੱਛੇ ਬ੍ਰਾਂਡ ਵੇਚੀ ਦੀਏ ਤਾਂ ਕਿ ਸਾਡੀ ਵੀ ਦੁਕਾਨ ਦਾ ਨਾਮ ਬਣੇ ਤੇ ਇਹਨਾਂ ਦਾ ਨਾਮ ਦਿhai ਨਾਲ ਨਾਲ ਸਾਡੇ ਨਾਲ ਹੀ ਹੈ ਮੀਆਂ ਬੁਰਾਦ ਅਲੀ ਜੀ ਖੁਦਾ ਦੇ ਕਰ ਤੇਰ ਹੈ ਅੰਧੇਰ ਨਹੀਂ ਹਰ ਸਮੱਸਿਆ ਦਾ ਸਮਾਧਾਨ ਸਮੱਸਿਆ ਜੀਵੀ ਲਵ ਮੈਰਿਜ ਵਸ਼ਿਕਰਨ ਕੀਤਾ ਕਰਾਇਆ ਲੋਟਰੀ ਨੰਬਰ ਹੋਵੇ ਯੈਲੂਟੋ ਮੈਕਸ 649

ਫੇਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਵਾਲੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਕਾੜਾ ਕਰ ਦਿੱਤਾ ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 98417 18786 97797 24075